ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਸੋਈਆਂ ਕਲਾਂ, ਤਹਿਸੀਲ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 10 ਜਿਹੜੀਆਂ ਵੈੜਾਂ ਤੁਹਾਨੂੰ ਦਿਖਾਉਣੀਆਂ, ਜਿਹੜੀਆਂ ਵਿਕਾਊ ਆ ਉਸ ਤਰ੍ਹਾਂ, ਅਤੇ ਕਾਫੀ ਗਿਣਤੀ 'ਚ ਜਿਹੜੀਆਂ ਵੈੜਾਂ ਵੀਰ ਜੀ ਉਹਨਾਂ ਕੋਲ ਹੈਗੀਆਂ, ਪਰ ਜਿਹੜੀਆਂ ਹੁਣ ਵੇਚਣ ਵਾਲੀਆਂ ਜਿਹੜੀਆਂ ਹੁਣ ਮੌਕੇ 'ਤੇ ਜਿਹੜੀਆਂ 10 ਆ, ਕੁਛ ਦੋ ਤੁਹਾਨੂੰ ਅੱਜ ਜਰਸੀਆਂ ਦਿਖਾਉਣੀਆਂ, ਬਾਕੀ ਐਚ ਐਫ ਵੈੜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ। ਅੱਜ ਦੀਆਂ ਜਿਹੜੀਆਂ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ, 35 ਲੀਟਰ ਤੋਂ ਲੈ ਕੇ ਅਤੇ 50 ਲੀਟਰ ਤੱਕ ਦੀਆਂ ਜਿਹੜੀਆਂ ਗਾਵਾਂ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਉਣੀਆਂ ਵਾ। ਆਹ ਦੇਖ ਸਕਦੇ, ਜਿਨ੍ਹਾਂ ਦੇ ਵਿੱਚੋਂ 4 ਤੁਹਾਨੂੰ ਸੂਈਆਂ ਦਿਖਾਵਾਂਗੇ ਅਤੇ 6 ਤੁਹਾਨੂੰ ਗੱਬਣਾ ਦਿਖਾਉਣੀਆਂ ਵਾ। ਇਕੱਲੀ ਇਕੱਲੀ ਤੁਹਾਨੂੰ ਖੋਲ੍ਹ ਕੇ ਦਿਖਾਵਾਂਗੇ, ਅਤੇ ਵੀਡੀਓ ਨੂੰ ਪੂਰੀ ਜਿਹੜੀ ਜ਼ਰੂਰ ਵੇਖਿਓ, ਕਿਉਂਕਿ ਜਿਹੜੇ ਸਾਰੀਆਂ ਟੋਪ ਕੁਆਲਿਟੀ ਦੀਆਂ ਸਾਰੀਆਂ ਇੱਕ ਤੋਂ ਇੱਕ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ। ਅਤੇ ਆਪਣਾ ਜਿਹੜਾ ਵਾ, ਜਿਹੜੇ ਵੀ ਵੀਰ ਨੂੰ ਪਸੰਦ ਆਊਗੀਆਂ, ਇੱਥੇ ਆ ਕੇ ਚੰਗੀ ਤਰ੍ਹਾਂ ਵੇਚ ਚਾਕ ਕੇ ਫਿਰ ਹੀ ਕਰੇ। ਆਹ ਹੁਣ ਸ਼ੁਰੂਆਤ ਜਿਹੜੀ ਆਪਾਂ ਕਰਦੇ ਹਾਂ, ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਜ਼ਰੂਰੀ ਕੰਮ ਹੋਣ ਕਰਕੇ ਅਤੇ ਜੋਲੀ ਭਾਅ ਜੀ ਨੂੰ ਜਿਹੜਾ ਇੱਥੋਂ ਜਾਣਾ ਪਿਆ, ਅਤੇ ਇਹਨਾਂ ਬਾਰੇ ਜਿਹੜੀ ਜਾਣਕਾਰੀ ਅਸੀਂ ਤੁਹਾਨੂੰ ਦੱਸਾਂਗੇ, ਜਿੰਨਾ ਕੁ ਜਿਹੜਾ ਸਾਡੇ ਤੋਂ ਜਿੰਨੀ ਕੁ ਜਾਣਕਾਰੀ ਸਾਡੇ ਕੋਲ ਹੋਊਗੀ ਅਸੀਂ ਤੁਹਾਨੂੰ ਦੱਸਾਂਗੇ। ਬਾਕੀ ਜੇ ਕੋਈ ਤੁਸੀਂ ਪੁੱਛਣਾ ਤਾਂ ਉਹ ਵੀਰ ਜੀ ਉਹਨਾਂ ਨੂੰ ਤੁਸੀਂ ਫੋਨ ਲਾ ਕੇ ਜਿਹੜਾ ਸਿੱਧਾ ਪੁੱਛ ਸਕਦੇ ਜੇ, ਕਿਉਂਕਿ ਫੋਨ ਨੰਬਰ ਜਿਹੜਾ ਸਕਰੀਨ 'ਤੇ ਆਉਣ ਦਿਆ ਵਾ। ਬਾਕੀ ਅਸੀਂ ਆਪਣੀ ਸਮੇਂ ਦੇ ਹਿਸਾਬ ਨਾਲ ਜਿਹੜਾ ਤੁਹਾਨੂੰ ਦੱਸਣ ਦੀ ਜਿਹੜੀ ਕੋਸ਼ਿਸ਼ ਜ਼ਰੂਰ ਕਰਾਂਗੇ। ਅਤੇ ਉਹ ਸ਼ੁਰੂਆਤ ਜਿਹੜੀ ਹੁਣ ਆਪਾਂ ਇੱਧਰੋਂ ਜਿਹੜੀ ਆ ਪਹਿਲੇ ਨੰਬਰ 'ਤੇ ਹੀ ਆ, ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਆ। ਆਹ ਦੇਖ ਸਕਦੇ ਜੀ, ਆ ਪਹਿਲੇ ਨੰਬਰ 'ਤੇ ਜਿਹੜੀ ਆ ਕਾਫੀ ਖੂਬਸੂਰਤ ਵੈੜ, ਜਿਹੜੀ ਖੀਰੀ ਆ, ਜਿਹੜੀ ਵੈੜ ਦੰਦੋਂ ਖੀਰੀ ਆ, ਕੋਈ ਵੀਰ ਆ ਕੇ ਜਿਹੜੀ ਚੈੱਕ ਵੀ ਕਰ ਸਕਦਾ ਵਾ। ਬਾਕੀ ਇਹ ਪਹਿਲਾਂ ਹੀ ਤੁਹਾਨੂੰ ਦੱਸ ਦਈ ਕਿ ਕੋਈ ਚੀਜ਼ ਜਿਹੜੀ ਸਾਡੇ ਤੋਂ ਦੱਸਣ 'ਚ ਅੱਗੇ ਪਿੱਛੇ ਵੀ ਹੋ ਸਕਦੀ ਆ। ਬਾਕੀ ਤੁਸੀਂ ਵੀਰ ਜੀ ਉਹਨਾਂ ਤੋਂ ਜਿਹੜਾ ਚੰਗੀ ਤਰ੍ਹਾਂ ਪ੍ਰੋਪਰ ਡਿਟੇਲ ਜਿਹੜੀ ਪੁੱਛ ਸਕਦੇ ਜੇ, ਕਿਉਂਕਿ ਅਸੀਂ ਵੀ ਤੁਹਾਨੂੰ ਜਿਹੜਾ ਇਸ ਤਰ੍ਹਾਂ ਹੀ ਦੱਸਣਾ ਵਾ, ਅਤੇ ਪੂਰਾ ਚੰਗੀ ਤਰ੍ਹਾਂ ਜਿਹੜਾ ਵਾ ਸਾਨੂੰ ਕਲੀਅਰ ਜਿਹੜਾ ਤੁਸੀਂ ਵੀਰ ਜੀ ਉਹਨਾਂ ਤੋਂ ਹੀ ਕਰਿਓ। ਅਤੇ ਇਹਦੇ ਕੋਲ ਜਿਹੜਾ ਇਸ ਟਾਈਮ 30 ਲੀਟਰ ਜਿਹੜਾ ਬੋਲਾ ਹੀ ਆ, ਜੇ 4 ਦਿਨ ਦੀ ਸੂਈ ਆ ਅਤੇ 30 ਲੀਟਰ ਜਿਹੜਾ ਇਹਦੇ ਕੋਲ ਬੋਲਾ ਵਾ। ਕੋਈ ਵੀਰ ਆਪਣੀ 2 ਟਾਈਮ 3 ਟਾਈਮ ਮਿਲਕਿੰਗ ਵੀ ਕਰਵਾ ਸਕਦਾ ਵਾ। ਅਤੇ ਇਹਨੇ ਜਿਹੜਾ ਵਾ ਪਹਿਲੇ ਸੂਏ ਵੀਰ ਜੀ ਹੁਣੀ ਕਹਿੰਦੇ ਕਿ ਖੀਰੀ ਵੈੜ ਨੇ ਜਿਹੜਾ ਵਾ 40 ਲੀਟਰ ਦੁੱਧ ਜਿਹੜਾ ਇਹਨੇ ਚਵਾਉਣਾ ਵਾ। ਹਾਈਟ ਜਿਹੜੀ ਇਹਦੀ ਕਾਫੀ ਉੱਚੀ ਆ, ਦੇਖ ਸਕਦੇ ਵੀਰ ਜੀ ਉਹਨਾਂ ਤੋਂ ਉੱਧਰਲੇ ਪਾਸੇ ਆਪਾਂ ਨੂੰ ਜਿਹੜਾ ਵਾ ਚਲਾਉਣ ਵਾਲਾ ਵੀਰ ਜਿਹੜਾ ਦਿਖਣ ਨਹੀਂ ਦਿਆ। ਇਹਦੇ ਮਗਰ ਵੀ ਵੱਛੀ ਕਾਫੀ ਖੂਬਸੂਰਤ ਆ, ਆਪ ਜਿਹੜੀ ਹੈ ਵਰਲਡ ਵਾਈਡ ਦੇ ਟੀਕੇ ਦੀ ਆ, ਅਤੇ ਜਿਹੜੀ ਇਹਦੇ ਮਗਰ ਵੱਛੀ ਆ ਉਹ PDF ਇਹਦੀ ਆ। ਵੀਰ ਜੀ ਉਹਨਾਂ ਨਾਮ ਜਿਹੜੇ ਸਾਰੀ ਡਿਟੇਲ ਚੰਗੀ ਤਰ੍ਹਾਂ ਵੀਰ ਜੀ ਉਹਨਾਂ ਕੋਲ ਹੈਗੀ ਆ ਕਿ ਕਿਹੜੇ ਟੀਕੇ ਦੀ ਆਪ ਆ ਅਤੇ ਕਿਹੜੇ ਟੀਕੇ ਦੀ ਮਗਰ ਵੱਛੀ ਆ। ਵੱਛੀਆਂ ਵੀ ਤੁਹਾਨੂੰ ਦਿਖਾਵਾਂਗੇ, ਆਹ ਦੇਖ ਸਕਦੇ ਬੜੀਆਂ ਪਿਆਰੀਆਂ ਜਿਹੜੀਆਂ ਵੈੜਾਂ ਵਾ। ਅਤੇ ਇਹਦੇ ਕੋਲ ਮੌਕੇ 'ਤੇ ਜਿਹੜਾ 30 ਲੀਟਰ ਬੋਲਾ ਜਿਹੜਾ ਤਿਆਰ ਆ, ਚੰਗੀ ਹਾਈਟ ਲੈਂਥ ਦੀ ਆ ਪੂਰੀ ਜਿਹੜੀ ਆ, ਸਾਰੀ ਲੇਟੈਸਟ ਜਨਰੇਸ਼ਨ ਵੀਰ ਜੀ ਹੁਣੀ ਕਹਿੰਦੇ ਕਿ ਜਿਹੜੀਆਂ ਆਵਲੀਆਂ ਹੈਗੀਆਂ ਵਾ, ਜਿਹੜੀ ਹੁਣ ਲੇਟੈਸਟ ਜਨਰੇਸ਼ਨ ਜਿਹੜੀ ਚੱਲਦੀ ਆ। ਅਤੇ ਹੁਣ ਦੂਸਰੇ ਨੰਬਰ ਵਾਲੇ ਵੀ ਤੋਰ ਦਿਓ ਜੀ। ਇਹ ਜਿਹੜੀ ABS ਦੀ ਆਪ ਆ, ਇਹ ਵੀ ਜਿਹੜੀ ਖੀਰੀ ਆ ਦੰਦੋਂ ਖੀਰੀ ਆ, ਅਤੇ ਬਾਕੀ ਕੋਈ ਵੀਰ ਆ ਕੇ ਚੈੱਕ ਵੀ ਕਰ ਸਕਦਾ ਵਾ। ਹਾਈਟ ਜਿਹੜੀ ਇਹਦੀ ਵੀ ਆਪਾਂ ਦੇਖ ਸਕਦੇ ਕਾਫੀ ਉੱਚੀ ਆ, ਅਤੇ ਇਹਦੇ ਮਗਰ ਜਿਹੜੀ ਵੱਛੀ ਆ ਵਰਲਡ ਵਾਈਡ ਦੀ ਆ, ਵਰਲਡ ਵਾਈਡ ਦੇ ਟੀਕੇ ਦੀ ਜਿਹੜੀ ਵੱਛੀ ਆ। ਅਤੇ ਬਾਕੀ ਤੁਸੀਂ ਡਿਟੇਲ ਚੰਗੀ ਤਰ੍ਹਾਂ ਵੀਰ ਜੀ ਉਹਨਾਂ ਤੋਂ ਪੁੱਛ ਸਕਦੇ ਜੇ ਕਿ ਕਿਹੜੀ ਕਿਹੜੀ ਟੀਕੇ ਦੀ ਆ। ਅਤੇ ਇਹਦੇ ਕੋਲ ਮੌਕੇ 'ਤੇ ਜਿਹੜਾ ਇਹਦੇ ਕੋਲ 28 ਲੀਟਰ ਜਿਹੜਾ ਬੋਲਾ ਤਿਆਰ ਆ, ਅਤੇ ਇਹ ਵੀ ਕਹਿੰਦੇ ਸੀ ਕਿ 35-37 ਲੀਟਰ ਜਿਹੜਾ ਵਾ ਪਹਿਲੇ ਸੂਏ ਦੁੱਧ ਖੀਰੀ ਜਿਹੜਾ ਚਵਾਓਗੇ, 28 ਲੀਟਰ ਬੋਲਾ ਜਿਹੜਾ ਤਿਆਰ ਆ। ਇਹਦੇ ਮਗਰ ਵੀ ਜਿਹੜੀ ਵੱਛੀ ਆ, ਵੱਛੀਆਂ ਦੀ ਕੀਮਤ ਵੀ ਜਿਹੜੀ ਕਾਫੀ ਚੰਗੀ ਆ, ਉਹ ਵੀ ਤੁਹਾਨੂੰ ਵੱਛੀਆਂ ਵੀ ਦਿਖਾਵਾਂਗੇ, ਕਿਉਂਕਿ ਜਿਹੜੀਆਂ ਫਾਰਮਾਂ ਵਾਲੀਆਂ ਇਹੋ ਜਿਹੀਆਂ ਜਿਹੜੀਆਂ ਵੱਛੀਆਂ ਵਾ ਉਹ ਬੜੀਆਂ ਘੱਟ ਲੱਭਦੀਆਂ ਵਾ। ਅਤੇ ਹੁਣ ਜਿਹੜੀ ਤੁਹਾਨੂੰ ਦਿਖਾਉਣੀ ਆਪਾਂ ਤੀਸਰੇ ਨੰਬਰ 'ਤੇ, ਹੁਣ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਆ ਤੀਸਰੇ ਨੰਬਰ 'ਤੇ, ਇਹ ਜਿਹੜਾ ਵਾ ਦੂਸਰਾ ਸੂਆ ਸੂਈ ਆ, ਇਹ ਰੱਸੀ ਤੋਂ ਥੋੜ੍ਹਾ ਕਰਦੀ ਆ, ਕਿਉਂਕਿ ਫਾਰਮਾਂ ਵਾਲੀਆਂ ਜਿਹੜੀਆਂ ਵੈੜਾਂ ਰੱਸੀ ਤੋਂ ਤੁਰਨ ਤੋਂ ਅਕਸਰ ਹੀ ਜਿਹੜੀਆਂ ਕਰਦੀਆਂ ਹੁੰਦੀਆਂ ਵਾ। ਬਾਕੀ ਟਰੱਕ ਜਿੱਡੀਆਂ 'ਤੇ ਵੈੜਾਂ ਵਾ ਸਾਰੀਆਂ ਹੀ, ਆਹ ਦੇਖ ਸਕਦੇ ਜੇ ਹਾਈਟ ਜਿਹੜੀ ਇਹਦੀ ਕਾਫੀ ਚੰਗੀ ਆ। ਬੰਨ ਦਿਓ ਜੀ ਇਹਨੂੰ, ਕੋਈ ਗੱਲ ਨਹੀਂ, ਇਹਨੇ ਨਹੀਂ ਤੁਰਨਾ, ਜਿਹੜਾ ਰੱਸੀ ਤੋਂ ਨਹੀਂ ਇਹ ਤੁਰਦੀ। ਇਹਦੇ ਕੋਲ ਜਿਹੜਾ ਇਸ ਟਾਈਮ 35 ਲੀਟਰ ਜਿਹੜਾ ਕਹਿੰਦੇ ਕਿ ਬੋਲਾ ਤਿਆਰ ਆ, 5 ਦਿਨ ਦੀ ਇਹ ਸੂਈ ਆ। ਹਾਈਟ ਇਹਦੀ ਆਪਾਂ ਦੇਖ ਸਕਦੇ, ਬੋਡੀ ਵੇਟ ਦੇਖ ਸਕਦੇ ਹਾਂ, ਬੜੇ ਕਮਾਲ ਦੀਆਂ ਜਿਹੜੀਆਂ ਵੈੜਾਂ ਵਾ ਜਿਹੜੀਆਂ ਆਪ ਹੀ। ਇਹ ਜਿਹੜੀ ABS ਦੀ ਆਪ ਆ, ਅਤੇ ABS ਦੀ ਇਹਦੇ ਮਗਰ ਜਿਹੜੀ ਫੀਮੇਲ ਕਾਫ, ਇਹਦੇ ਮਗਰ ਵੀ ਜਿਹੜੀ ਵੱਛੀ ਆ, ਬੜੇ ਕਮਾਲ ਦੀਆਂ ਵਾ, ਕਿ ਜ਼ਰੂਰੀ ਕੰਮ ਹੋਣ ਕਰਕੇ ਜਿਹੜਾ ਭਾਅ ਜੀ ਨੂੰ ਇੱਥੋਂ ਜਾਣਾ ਪਿਆ ਵਾ, ਅਤੇ ਫਿਰ ਵੀਡੀਓ 'ਤੇ ਜਿਹੜੀ ਵੀਰ ਜੀ ਉਹਨਾਂ ਨੇ ਤਿਆਰੀ ਕੀਤੀ ਸੀ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਕਿਹਾ ਕਿ ਹਫ਼ਤੇ 'ਚ ਇੱਕ ਵੀਡੀਓ ਜਿਹੜੀ ਜ਼ਰੂਰ ਇੱਥੋਂ ਆਪਾਂ ਤੁਹਾਨੂੰ ਵੇਚਣ ਵਾਲੀਆਂ ਗਾਵਾਂ ਦੀ ਜਿਹੜੀ ਦਿਖਾਇਆ ਕਰਾਂਗੇ।
ਸਸਤੇ ਰੇਟ ਜਿਹੜੇ ਇਹਨਾਂ ਤੋਂ ਤੁਸੀਂ ਸਿੱਧਾ ਵੀਰ ਜੀ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਜੇ। ਆਹ ਦੇਖ ਸਕਦੇ ਹਵਾਨੇ ਦੇ ਨਾੜਾਂ ਜਿਹੜੀਆਂ ਇਹਦੀਆਂ ਦੇਖ ਸਕਦੇ। ਇਹ ਜਿਹੜਾ ਵਾ ਪਹਿਲੇ ਸੂਬੇ ਜਿਹੜਾ ਇਹਨੇ 38 ਤੋਂ 40 ਲੀਟਰ ਦੁੱਧ ਜਿਹੜਾ ਇਹਨੇ ਪਹਿਲੇ ਸੂਬੇ 'ਚ ਜਿਹੜਾ ਚਵਾਇਆ ਵਾ, ਅਤੇ ਐਰਕੇ ਜਿਹੜਾ ਕਹਿੰਦੇ ਆ ਕਿ ਇਹ 45 ਪਲੱਸ ਜਿਹੜਾ ਇਹ ਦੁੱਧ ਚਵਾਊਗੀ, 45-47 ਲੀਟਰ ਤੱਕ ਜਿਹੜਾ ਐਰਕੀ ਇਹਨੇ ਜਾਣਾ। ਇਹਨਾਂ ਦੀਆਂ ਫੀਮੇਲ ਕਾਫ ਵੀ ਜਿਹੜੀਆਂ ਤੁਹਾਨੂੰ ਹੁਣੇ ਦਿਖਾ ਦਿੰਦੇ ਹਾਂ। ਆਹ ਦੇਖ ਸਕਦੇ ਜੀ, ਆਹ ਤਿੰਨਾਂ ਦੀਆਂ ਜਿਹੜੀਆਂ ਵੱਛੀਆਂ ਵਾ, ਇਹਨਾਂ ਦੇ ਰਿਕਾਰਡ ਜਿਹੜੇ ਸਾਰੇ ਤੁਹਾਨੂੰ ਮਿਲਣਗੇ ਵੀਰ ਜੀ ਉਹਨਾਂ ਕੋਲੋਂ, ਕੋਈ ਫੋਨ ਕਰਕੇ ਪੁੱਛ ਸਕਦਾ। ਬਾਕੀ ਇੱਧਰ ਵੀ ਵੀਰ ਜੀ ਹੁਣੀ ਮੱਛੀਆਂ ਫਾਰਮ 'ਚੋਂ ਵੀ ਲਿਆ ਕੇ ਤਿਆਰ ਕਰਦੇ ਆ, ਉੱਧਰ ਵੀ ਜਿਹੜੀਆਂ ਮੱਛੀਆਂ ਖੁੱਲੀਆਂ ਛੱਡੀਆਂ ਵਾ। ਆਹ ਦੇਖ ਸਕਦੇ ਜੀ, ਆਹ ਵੀ ਮੱਛੀਆਂ ਜਿਹੜੀਆਂ ਤਿਆਰ ਦਏ ਆ ਕਰਨ। ਅਤੇ ਹੁਣ ਜਿਹੜੀ ਤੁਹਾਨੂੰ ਚੌਥੇ ਨੰਬਰ 'ਤੇ ਦਿਖਾਉਣੀ ਆ, ਇਹ ਵੀ ਤੁਹਾਨੂੰ ਸੂਈ ਦਿਖਾਉਣੀ ਆ। ਇਹ ਵੀਰ ਜੀ ਹੁਣੀ ਕਹਿੰਦੇ ਸੀ ਕਿ ਗੱਬਨ ਲਈ ਸੀ, ਅਤੇ ਇੱਥੇ ਆ ਕੇ ਜਿਹੜੀ ਸੂਈ ਆ, ਅਤੇ ਇਹਨੂੰ ਸੂਈ ਨੂੰ ਜਿਹੜੇ ਵਾ ਹੁਣ 8 ਦਿਨ ਹੋਏ ਅੱਜ ਸੂਈ ਨੂੰ, ਅਤੇ ਇਹਦੇ ਮਗਰ ਜਿਹੜਾ ਵੱਛਾ ਵਾ, ਅਤੇ ਇਹਦੇ ਇੱਕ ਥਾਂ 'ਚ ਜਿਹੜੀਆਂ ਧਾਰਾਂ ਜਿਹੜੀਆਂ ਹੁਣ ਘੱਟ ਗਈਆਂ ਵਾ। ਹੁਣ ਆ ਦੇਖ ਸਕਦੇ ਇਹ ਜਿਹੜਾ ਦੂਸਰਾ ਸੂਆ ਸੂਈ ਆ, ਅਤੇ ਇਹਦੇ ਜਿਹੜਾ ਇੱਕ ਥਾਂ 'ਚ ਜਿਹੜੀਆਂ ਧਾਰਾਂ ਹੁਣ ਘੱਟ ਗਈਆਂ ਵਾ। ਅਤੇ ਮੌਕੇ ਦੇ ਇਹਦੇ ਕੋਲ ਜਿਹੜਾ ਹੁਣ 18 ਲੀਟਰ ਜਿਹੜਾ ਦੁੱਧ ਤਿਆਰ ਆ, ਅਤੇ 25 ਤੋਂ ਬਾਹਰ ਜਿਹੜਾ ਵੀਰ ਜੀ ਹੁਣੀ ਕਹਿੰਦੇ ਕਿ ਫਿਰ ਵੀ ਜਿਹੜਾ ਚਵਾਈ ਜਾਊਗੀ। ਪੂਰੀ ਬਰੀਡ ਵਾਲੀ ਆ ਜਿਹੜੀ, ਇਹ ਵੀ ਚੰਗੀ ਨਸਲ ਜਾਤ ਵਾਲੀ ਆ। ਡਿਟੇਲ ਜਿਹੜੀ ਇਹਨਾਂ ਦੀ ਤੁਸੀਂ ਪੁੱਛ ਸਕਦੇ ਜੀ। ਅਤੇ ਇਹ ਵੀ ਜਿਹੜੀ ਵਿਕਾਊ ਆ, ਇਹ 70,000 ਦੀ ਵੀਰ ਜੀ ਹੁਣੀ ਕਹਿੰਦੇ ਕਿ ਦੇਵਾਂਗੇ। ਅਤੇ ਦੁੱਧ ਜਿਹੜਾ ਵਾ 25-30 ਦੇ ਵਿੱਚ ਜਿਹੜਾ ਕਹਿੰਦੇ ਕਿ ਇਹ ਵੀ ਜਿਹੜਾ ਚਵਾਈ ਜਾਊਗੀ। ਦੂਸਰਾ ਸੂਆ ਵਾ ਇਹਦਾ, ਅਤੇ ਮੂੰਹ ਜਿਹੜੇ 6 ਦੰਦ ਆ ਇਹ ਵੀ। ਅਤੇ ਹੁਣ ਇੱਕ ਜਿਹੜੀ ਤੁਹਾਨੂੰ ਦਿਖਾਉਣੀ ਆ, ਬੜੇ ਕਮਾਲ ਦੀ ਵੈੜ, ਇੱਕ ਤੁਹਾਨੂੰ ਚੰਗੇ ਕੱਦ ਕਾਠ ਵਾਲੀ ਜਿਹੜੀ ਤੁਹਾਨੂੰ ਦਿਖਾਉਣੀ ਆ। ਇਹਦਾ ਪਹਿਲੇ ਸੂਬੇ ਜਿਹੜਾ ਵਾ 42-44 ਲੀਟਰ ਦਾ ਜਿਹੜਾ ਰਿਕਾਰਡ ਪਹਿਲੇ ਸੂਬੇ ਦਾ ਜਿਹੜਾ ਇਹਦਾ ਰਿਹਾ ਵਾ। ਹਾਂ ਦੇਖ ਸਕਦੇ ਇਹ ਫਰਾਂਸ ਅਤੇ ਸੀਮਨ ਦੀ ਵੀਰ ਜੀ ਹੁਣੀ ਦੱਸਦੇ ਆ, ਟਾਈਮ ਜਿਹੜਾ ਹਲੇ ਸੌਣ 'ਚ ਖੜਦੀ ਆ। ਅਤੇ ਐਰਕੀ ਜਿਹੜਾ ਵਾ 50 ਲੀਟਰ ਤੱਕ ਦੁੱਧ ਵੀਰ ਜੀ ਹੁਣੀ ਦੱਸਦੇ ਸੀ ਕਿ ਇਹ ਜਿਹੜਾ ਚਵਾਊਗੀ, ਜਿਹੜਾ ਇਹਦਾ ਰਿਕਾਰਡ ਆ। ਸਾਰੀ ਇਹਦੇ 3 ਜਨਰੇਸ਼ਨ ਦਾ ਰਿਕਾਰਡ ਜਿਹੜਾ ਤੁਹਾਨੂੰ ਮਿਲ ਜੂਗਾ ਅੱਜ। ਤਾਂ ਹੁਣ ਇਹੀ ਆ ਕਿ ਤੁਹਾਨੂੰ ਦਿਖਾਉਂਦੇ ਹਾਂ, ਬਾਕੀ ਜਿਹੜੇ ਕਿਸੇ ਵੀਰ ਨੂੰ ਪਸੰਦ ਆਊਗੀ ਇੱਥੇ ਆ ਕੇ ਕੋਈ ਵੇਚ ਚਾਖ ਕੇ ਪਸੰਦ ਕਰਕੇ ਲੈ ਜੇ। ਇਹ ਵੀ ਬੰਦ ਹੋ ਜੀ, ਇਹ ਦੁੱਧ ਜਿਹੜਾ ਵਾ 50 ਲੀਟਰ ਤੱਕ ਜਿਹੜਾ ਇਹ ਚਵਾਈ ਜਾਊਗੀ। ਅਤੇ ਹੁਣ ਇੱਕ ਹੋਰ ਤੁਹਾਨੂੰ ਕਾਫੀ ਵੱਡੇ ਕੱਦ ਕਾਠ ਵਾਲੀ ਇੱਕ ਤੁਹਾਨੂੰ ਦਿਖਾਉਣੀ ਆ। ਇਹਦੇ ਵੀ ਮਿਲਕ ਮੈਨ ਦੇਖ ਸਕਦੇ, ਹਵਾਨੇ ਦੇ ਨਾੜਾਂ ਜਿਹੜੀਆਂ ਇਹਦੀਆਂ ਦੇਖ ਸਕਦੇ ਜੇ, ਕਾਫੀ ਚੰਗੀਆਂ ਵਾ। ਅਤੇ ਇਹਦੀਆਂ ਵੀ ਹਵਾਨੇ ਦੇ ਨਾੜਾਂ ਦੇਖ ਸਕਦੇ ਜਿਹੜੀ ਹੁਣੇ ਤੁਹਾਨੂੰ ਦਿਖਾਈ ਆ, ਕਾਫੀ ਜਿਹੜੀਆਂ ਹਵਾਨੇ ਦੇ ਨਾੜਾਂ ਇਹਦੀਆਂ ਵੀ ਕਾਫੀ ਆ। ਤੋਰ ਦਿਓ ਜੀ ਕਰੀ ਇਹ ਵੀ। ਇਹਨੇ ਵੀ ਦੂਸਰਾ ਸੂਆ ਸੋਨਾ ਵਾ, ਅਤੇ ਇਹ ਵੀ ਜਿਹੜਾ ਕਹਿੰਦੇ ਕਿ 45 ਲੀਟਰ ਤੱਕ ਦੁੱਧ ਜਿਹੜਾ ਇਹ ਵੀ ਚਵਾਊਗੀ। ਹਾਈਟ ਲੈਂਥ ਇਹਦੀ ਵੀ ਦੇਖ ਸਕਦੇ ਹਾਂ, ਹਵਾਨੇ ਅਤੇ ਨਾੜਾਂ ਜਿਹੜੀਆਂ ਕਾਫੀ ਚੰਗੀਆਂ ਵਾ, ਬੜੇ ਕਮਾਲ ਦੀ ਟੌਪ ਕਲਾਸ ਬਰੀਡ ਜਿਹੜੀ ਤੁਹਾਨੂੰ ਦਿਖਾਉਂਦੇ, ਜਿਸ ਤਰ੍ਹਾਂ ਸ਼ੋਰੂਮ ਦੇ ਵਿੱਚ ਜਿਹੜੀਆਂ ਪ੍ਰੀਮੀਅਮ ਲੈਵਲ ਦੀਆਂ ਜਿਹੜੀਆਂ ਗਾਵਾਂ ਉਹ ਤੁਹਾਨੂੰ ਦਿਖਾਉਂਦੇ ਹਾਂ। ਆਹ ਦੇਖ ਸਕਦੇ ਜੀ ਕਮਾਲ ਹੀ ਆ ਜਿਹੜੀ, ਆਹ ਹਵਾਨੇ ਅਤੇ ਨਾੜਾਂ ਦੇਖ ਸਕਦੇ ਜੀ। ਅਤੇ ਬਾਕੀ ਹੁਣ ਤੁਹਾਨੂੰ ਇੱਕ ਜਰਸੀਆਂ ਦਾ ਜੋੜਾ ਇੱਕ ਤੁਹਾਨੂੰ ਦਿਖਾਉਣਾ, ਇਹ ਵੀ ਦੋਵੇਂ ਖੀਰੀਆਂ ਵੈੜਾਂ ਵਾ। ਇਹ ਵੀ ਪਹਿਲੇ ਸੂਬੇ ਜਿਹੜੀਆਂ ਵਾ 35 ਲੀਟਰ ਦੇ ਲਾਗੇ ਬੰਨੇ ਵੀਰ ਜੀ ਹੁਣੀ ਕਹਿੰਦੇ ਕਿ ਚੱਲੂਗੀਆਂ, ਅਤੇ ਦੋਵੇਂ ਦੰਦੋਂ ਖੀਰੀਆਂ ਵਾ। ਇਹ ਟਾਈਸਨ ਦੀਆਂ ਜਿਹੜੀਆਂ ਆਪ ਆ, ਅਤੇ ਜਿੱਕ ਦਾ ਗਾੜੀ ਜਿਹੜਾ ਇਹਨਾਂ ਨੂੰ ਟੀਕਾ ਜਿਹੜਾ ਲੱਗਾ, ਇਹ ਦੋਵੇਂ ਟਾਈਸਨ ਦੀਆਂ ਵਾ। ਆਹ ਦੇਖ ਸਕਦੇ ਜੀ ਆਹ ਦੋਵੇਂ ਖੀਰੀਆਂ ਵੈੜਾਂ ਵਾ, ਜਰਸੀਆਂ ਵਾ, ਇਹ ਵੀ ਜਿਹੜੀਆਂ ਕਿ ਵਿਕਾਊ ਆ। ਬਾਕੀ ਇਹਨਾਂ ਦੀ ਵੀ ਜਾਣਕਾਰੀ ਤੁਸੀਂ ਫੋਨ 'ਤੇ ਪੁੱਛ ਸਕਦੇ ਜੇ। ਕਾਫੀ ਕਮਾਲ ਦੀਆਂ ਵੈੜਾਂ ਵਾ, ਚੰਗੇ ਕੱਦ ਕਾਠ ਵਾਲੀਆਂ ਵਾ। ਜਿਹੜਾ ਕੋਈ ਵੀਰ ਇੱਥੇ ਆਊਗਾ, ਜਿਹੜਾ ਵੀ ਸ਼ੌਕੀਨ ਹੈ ਚੰਗੀਆਂ ਵੈੜਾਂ ਰੱਖਣ ਦਾ, ਜਿਹੋ ਜਿਹੀ ਵੈੜ ਕਿਸੇ ਨੂੰ ਚਾਹੀਦੀ ਹੈ ਇੱਥੋਂ ਮਿਲ ਜੂਗੀ। ਆਹ ਵੀ ਜਿਹੜੀ ਆ ਇਹ ਵੀ 50 ਲੀਟਰ ਵਾਲੀ ਆ,
ਜਿਸ ਤਰ੍ਹਾਂ ਵੀਰ ਜੀ ਹੁਣਾਂ ਨੇ ਦੱਸਿਆ ਕਿ ਇਹ ਵੀ ਇਹਦਾ ਵੀ ਜਿਹੜਾ ਪਹਿਲੇ ਸੂਬੇ ਦਾ ਰਿਕਾਰਡ 45 ਦੇ ਲਗਭਗ ਰਿਹਾ ਵਾ ਅਤੇ ਐਰਕੀ ਜਿਹੜਾ ਇਹਨੇ ਵੀ ਜਿਹੜਾ ਵੀਰ ਜੀ ਹੁਣੀ ਦੱਸਦੇ ਕਿ 50 ਲੀਟਰ ਜਿਹੜਾ ਦੁੱਧ ਇਹਨੇ ਚੋਣਾ ਹੈ। ਬਾਕੀ ਆ ਕੁਛ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ, ਇਹਨਾਂ 'ਚ ਜਿਹੜੇ ਵੀਰ ਨੂੰ ਕੋਈ ਵੀ ਪਸੰਦ ਆਉਂਦੀ ਆ ਅਤੇ ਫੋਨ ਲਾ ਕੇ ਜਿਹੜਾ ਵੀਰ ਜੀ ਹੁਣਾਂ ਤੋਂ ਤੁਸੀਂ ਪੁੱਛ ਸਕਦੇ ਜੇ ਜਿਹੜੀਆਂ ਸੂਈਆਂ ਵਾ ਕੁਛ ਗੱਬਣਾ ਵਾ, ਕਿਉਂਕਿ ਸਾਰੀ ਜਾਣਕਾਰੀ ਸਾਡੇ ਤੋਂ ਜਿਹੜੀ ਨਹੀਂ ਦਿੱਤੀ ਗਈ ਅਤੇ ਤੁਸੀਂ ਵੀਰ ਜੀ ਹੁਣਾਂ ਤੋਂ ਫੋਨ ਲਾ ਕੇ ਜਿਹੜਾ ਪੁੱਛ ਸਕਦੇ ਜੇ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।